ਮਿੱਤਰ ਪਿਆਰਿਆ ਜਿਸ ਬੰਦੇ ਕੋਲ ਹੈਗੀਆਂ ਐਨਾ ਕੰਟਰੀਆਂ ਦੇ ਵੀਜ਼ੇ ਵਿਦਆਊਟ ਐਨੀ ਵੀਜ਼ਾ ਸਾਊਥ ਕੋਰੀਆ ਐਂਟਰੀ ਕਰ ਸਕਦੇ ਹੋ ਤੇ ਓਨ ਅਰਾਈਵਲ ਤੁਹਾਨੂੰ ਐਂਟਰੀ ਮਿਲ ਜੇਗੀ 30 ਦਿਨਾਂ ਦੀ ਤੇ ਧਿਆਨ ਰੱਖਿਓ ਭਾਈ ਪੂਰੀ ਵੀਡੀਓ ਵੇਖਿਓ ਤੁਹਾਨੂੰ ਪਤਾ ਲੱਗ ਜੇਗਾ ਵੀ ਕਿਹੜੀ ਕਿਹੜੀ ਕੰਟਰੀ ਦੀ ਆਪਣੇ ਕੋਲ ਵੀਜ਼ਾ ਹੈਗੇ ਆ ਤੇ ਆਪਾਂ ਕਿਵੇਂ ਇੱਥੇ ਐਂਟਰੀ ਲੈ ਸਕਦੇ ਹਾਂ ਸਾਊਥ ਕੋਰੀਆ ਦੇ ਵਿੱਚ ਵਿਦਆਊਟ ਐਨੀ ਵੀਜ਼ਾ ਤੇ ਤੁਹਾਨੂੰ ਪੂਰੀ ਵੀਡੀਓ ਦੇਖਣੀ ਹੈ ਸ਼ੁਰੂ ਤੋਂ ਲੈ ਕੇ ਐਂਡ ਤੱਕ ਕਿਉਂਕਿ ਕੁਝ ਪੁਆਇੰਟ ਦਿੱਤੇ ਹੋਏ ਨੇ ਜੋ ਤੁਹਾਨੂੰ ਕਾਫੀ ਹੈਲਪ ਕਰ ਸਕਦੇ ਨੇ ਕਾਫੀ ਬੰਦਿਆਂ ਨੇ ਇੱਥੇ ਐਂਟਰੀ ਲੈ ਲਈਏ ਵਿਦਾਊਟ ਐਨੀ ਵੀਜ਼ਾ ਸਾਊਥ ਕੋਰੀਆ ਦੇ ਵਿੱਚ ਆਨ ਅਰਾਈਵਲ ਠੀਕ ਹੈ ਜੀ 30 ਦਿਨਾਂ ਦੀ ਐਂਟਰੀ ਹੈ ਬਾਈ ਵੀਡੀਓ ਕਰਦਿਆਂ ਇਸਟਾ ਹਾਂਜੀ ਸਤਿ ਸ੍ਰੀ ਅਕਾਲ ਜੀ ਮਿੱਤਰ ਪਿਆਰਿਓ ਕਿੱਦਾਂ ਹਾਲ ਚਾਲ ਠੀਕ ਠਾਕ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਕੈਮ ਚੜ੍ਹਦਿਆਂ ਕਲਾਚ ਹੋਵਗੇ ਤੇ ਬਾਈ ਤੁਹਾਡੇ ਲਈ ਬਹੁਤ ਵਧੀਆ ਖੁਸ਼ਖਬਰੀ ਹੈ ਇੱਕ ਕਾਫੀ ਬੰਦਿਆਂ ਨੇ ਇੱਥੇ ਵਿਦਾਊਟ ਸਾਊਥ ਕੋਰੀਆ ਦਾ ਵੀਜ਼ਾ ਤੇ ਉਹਨਾਂ ਕੋਲ ਵੀਜ਼ੇ ਹੈ ਹੀ ਨਹੀਂ ਸਾਊਥ ਕੋਰੀਆ ਦਾ ਪਹਿਲਾਂ ਕੀ ਹੁੰਦਾ ਸੀ ਭਾਈ ਸਟicker ਵੀਜ਼ੇ ਲੱਗਦੇ ਸੀ कोरोना ਤੋਂ ਬਾਅਦ ਜਦੋਂ ਵੀਜ਼ੇ ਸਟਾਰਟ ਹੋਏ ਨੇ ਤੇ ਬਾਈ ਫੇਰ ਹੋ ਗਏ ਨੇ ਈ ਵੀਜ਼ਾ ਸਟੱਡੀ ਯਾਨੀ ਕਿ ਉਹ ਜਿਹੜਾ ਪੇਪਰ ਭਰਾਉਂਦੇ ਨੇ ਉਹ ਸਟਾਰਟ ਹੋ ਗਏ ਤੇ 30 ਦਿਨਾਂ ਦੀ ਐਂਟਰੀ ਜੀਗੀ ਤੇ ਬਾਈ ਸਭ ਤੋਂ ਵਧੀਆ ਹੁਣ ਦੀ ਅੱਜ ਕੱਲ ਦੀ ਨੌਲੇਜ ਯਾਨੀ ਪਹਿਲਾਂ ਵੀ ਇਹ ਸੀਗਾ ਪਰ ਪਤਾ ਨਹੀਂ ਸੀ ਤੇ ਹੁਣ ਦੀ ਇਹ ਜਿਹੜਾ ਪਤਾ ਮੈਂ ਲਾਇਆ ਹੈ ਵੀ ਮੈਂ ਕੀ ਲਾਇਆ ਭਾਈ ਲੋਕਾਂ ਨੇ ਪਤਾ ਲਾਇਆ ਹੈ ਕਾਫੀ ਬੰਦੇ ਵਿਦਆਊਟ ਸਾਊਥ ਕੋਰੀਆ ਦਾ ਵੀਜ਼ਾ ਉਹਨਾਂ ਕੋਲ ਸਾਊਥ ਕੋਰੀਆ ਦਾ ਵੀਜ਼ਾ ਹੀ ਹੈ ਨਹੀਂ ਤੇ ਸਾਊਥ ਕੋਰੀਆ ਐਂਟਰੀ ਕਰ ਚੁੱਕੇ ਨੇ ਬਾਈ ਤੁਹਾਨੂੰ ਇਹ ਨੌਲੇਜ ਦੇਣ ਲੱਖਿਆ ਬਾਈ ਜਿਸ ਬੰਦੇ ਕੋਲ ਸਾਊਥ ਕੋਰੀਆ ਦਾ ਵੀਜ਼ਾ ਹੈ ਨਹੀਂ ਉਹ ਸਾਊਥ ਕੋਰੀਆ ਐਂਟਰੀ ਕਿਵੇਂ ਕਰ ਸਕਦਾ ਅੱਜ ਦੀ ਨੌਲੇਜ ਤੁਹਾਨੂੰ ਦੇਣ ਲੱਗਿਆ ਤੇ ਬਾਈ ਕਾਫੀ ਬੰਦੇ ਪਰੇਸ਼ਾਨ ਹੁੰਦੇ ਨੇ ਪੁੱਛਦੇ ਨੇ ਕਿ ਬਾਈ ਕੀ ਕਰਨਾ ਚਾਹੀਦਾ ਸਾਊਥ ਕੋਰੀਆ ਕਿਵੇਂ ਆਈਏ ਤੇ ਬਾਈ 2000 ਦਸੰਬਰ ਤੁਹਾਨੂੰ ਪਤਾ ਹੈ 2023 ਦਾ ਜਿਹੜਾ ਦਸੰਬਰ ਹੈ ਖਤਮ ਹੋਣ ਲੱਗਿਆ ਹੈ ਤੇ ਨੌਲੇਜ ਲੈਵਲ ਵੀਡੀਓ ਤੁਹਾਡੇ ਲਈ ਬਣਾਉਣ ਲੱਗਿਆ ਮੈਂ ਤੇ ਬਾਈ ਮੈਂ ਪੂਰੀ ਇੱਕ ਡਾਇਰੀ ਜਦੋਂ ਵੀ ਕੋਈ ਸਕ੍ਰਿਪਟ ਬਣਾਉਂਦੀ ਹੈ ਤੇ ਪੂਰੀ ਦਸੀਦਾ ਹੁੰਦਾ ਹੈ ਨੌਲੇਜ ਦੇ ਹਿਸਾਬ ਨਾਲ ਕਿ ਭਾਈ ਕਿਹੜੇ ਕਿਹੜੇ ਮਤਲਬ ਕਿ ਕਿਹੜੀ ਕਿਹੜੀ ਕੰਟਰੀ ਦਾ ਆਪਣੇ ਕੋਲ ਵੀਜ਼ਾ ਹੈ ਤੇ ਆਪਾਂ ਸਾਊਥ ਕੋਰੀਆ ਵਿਦਾਊਟ ਵੀਜ਼ੇ ਤੇ ਆਪਾਂ ਇੱਥੇ ਸਾਊਥ ਕੋਰੀਆ ਐਂਟਰੀ ਕਰ ਸਕਦੇ ਹਾਂ 30 ਦਿਨਾਂ ਦੀ ਐਂਟਰੀ ਆਪਾਂ ਨੂੰ ਮਿਲ ਜਾਏਗੀ ਹੁਣ ਆਪਾਂ ਨੂੰ ਕਿਸ-ਕਿਸ ਕੰਟਰੀ ਦਾ ਵੀਜ਼ਾ ਹੋਣਾ ਚਾਹੀਦਾ ਪਹਿਲੀ ਕੰਟਰੀ ਜੇ ਆਪਾਂ ਆਪਣੇ ਕੋਲ ਯੂਐਸਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਠੀਕ ਹੈ ਜੇ ਯਾ ਯੂਰਪ ਇੰਨਾ ਕੰਟਰੀਆਂ ਦਾ ਕਿਸੇ ਵੀ ਇੱਕ ਕੰਟਰੀ ਦਾ ਵੀਜ਼ਾ ਹੋਵੇ ਤੇ ਆਪਾਂ ਸਾਊਥ ਕੋਰੀਆ ਵਿਦਾਊਟ ਵੀਜ਼ਾ ਐਂਟਰੀ ਕਰ ਸਕਦੇ ਆ ਪਰ ਇੱਕ ਗੱਲ ਚੇਤੇ ਰੱਖਿਓ ਬਾਈ ਜੇ ਉਹ ਬੰਦਾ ਦੇਖੋ ਹੁਣ ਕਾਫੀ ਬੰਦੇ ਨਿਊਜ਼ੀਲੈਂਡ ਗਏ ਸੀ ਹੁਣ ਤੁਹਾਨੂੰ ਪਤਾ ਹੈ ਕਿ ਨਿਊਜ਼ੀਲੈਂਡ ਦਾ ਕਿੰਨਾ ਟ੍ਰੈਂਡ ਚੱਲਿਆ ਸੀ ਕਿੰਨੇ ਵੀਜ਼ੇ ਲੱਗੇ ਸੀ ਕਾਫੀ ਬੰਦਿਆਂ ਦੇ ਵੀਜ਼ੇ ਲੱਗੇ ਕੁਝ ਬੰਦੇ ਇਸ ਕਰਕੇ ਨਹੀਂ ਗਏ ਬਾਈ ਡਿਪੋਰਟ ਹੋ ਰਹੇ ਨੇ ਤੇ ਉੱਥੇ ਜਾ ਰਹੇ ਨੇ ਬੰਦੇ ਇੱਥੇ ਉੱਤੇ ਫਿਰ ਬਾਈ ਤੁਹਾਨੂੰ ਪਤਾ ਹੈ ਕਿ ਕੰਮ ਨਹੀਂ ਮਿਲ ਰਿਹਾ ਹੈਨਾ ਤੇ ਹੁਣ ਤੁਹਾਨੂੰ ਪਤਾ ਹੈ ਕਿ ਸਾਊਥ ਕੋਰੀਆ ਬੰਦੇ ਆਉਂਦੇ ਨੇ ਇੱਥੇ ਕੰਮ ਮਤਲਬ ਕਿ ਕਿਸ ਤਰੀਕੇ ਨਾਲ ਕਰੀ ਵੀ ਜਾਂਦੇ ਨੇ ਸਭ ਕੁਝ ਜੋ ਵੀ ਹੈ ਉਹਨਾਂ ਦਾ ਆਪਣਾ ਸਿਸਟਮ ਹੈ ਤੇ ਮੈਂ ਤੁਹਾਨੂੰ ਜਿਹੜਾ ਦੇਸ ਦੱਸਣ ਆਇਆ ਕਿ ਜਿੰ ਜਿਸ ਜਿਸ ਬੰਦੇ ਕੋਲ ਯੂ ایس اے ਦਾ ਵੀਜ਼ਾ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਜਾਂ ਫਿਰ ਯੂਰਪ ਦਾ ਐਨਾ ਕੰਟਰੀਆ ਦਾ ਵੀਜ਼ਾ ਹੈਗਾ ਤੇ ਤੁਸੀਂ ਔਨ ਅਰਾਈਵਲ ਸਾਊਥ ਕੋਰੀਆ ਦਾ ਵੀਜ਼ਾ ਲੈ ਸਕਦੇ ਹੋ ਔਨ ਅਰਾਈਵਲ ਹੁਣ ਤੁਹਾਨੂੰ ਕਰਨਾ ਕੀ ਹੈ ਤੁਸੀਂ ਜਿਸ ਵੀ ਕੰਟਰੀ ਜਾਂਦੇ ਹੋ ਜਿਵੇਂ ਕਿ ਹੁਣ ਬੰਦੇ ਇੱਥੇ ਕਿਵੇਂ ਆਏ ਨੇ ਬੰਦੇ ਗਏ ਨੇ ਪਹਿਲਾਂ ਨਿਊਜ਼ੀਲੈਂਡ ਜਿਸੇ ਵੀ ਵਾਇਆ ਗਏ ਨੇ ਹਾਂਗਕਾਂਗ ਗਏ ਨੇ ਜਾਂ ਤਾਈਵਾਨ ਤੋਂ ਜਾਂ ਕਿਸੇ ਵੀ ਕੰਟਰੀ ਤੋਂ ਵਾਇਆ ਗਏ ਨੇ ਜਾਂ ਡਾਇਰੈਕਟ ਗਏ ਨੇ ਇੰਡੀਆ ਤੋਂ ਠੀਕ ਹੈ ਜਾਂ ਹੋਰ ਕਿਸੇ ਵੀ ਕੰਟਰੀ ਮੇਰਾ ਵੀ ਰਿਹਾ ਬੈਠੇ ਨੇ ਦੁਬਈ ਤੋਂ ਬੈਠੇ ਨੇ ਕਾਫੀ ਬੰਦੇ ਤੇ ਜੇ ਉਹ ਬੰਦੇ ਉੱਥੋਂ ਜਾ ਰਹੇ ਨੇ ਯਾਨੀ ਕਿ ਉਸ ਕੰਟਰੀ ਤੋਂ ਲੈ ਕੇ ਫਿਰ ਉਹ ਜਾ ਰਹੇ ਨੇ ਨਿਊਜ਼ੀਲੈਂਡ ਨਿਊਜ਼ੀਲੈਂਡ ਦੀ ਜਦ ਆਪਣੇ ਪਾਸਪੋਰਟ ਤੇ ਇਸ ਸਟੈਂਪ ਲੱਗ ਜਾਂਦੀ ਹੈ ਤੇ ਉਸ ਸਟੈਂਪ ਤੋਂ ਬਾਅਦ ਜਦ ਆਪਾਂ ਐਂਟਰੀ ਕਰਾਂਗੇ ਆਪਾਂ ਵਾਇਆ ਦਿਖਾ ਸਕਦੇ ਹਾਂ ਕਿ ਵਾਇਆ ਆਪਾਂ ਸਾਊਥ ਕੋਰੀਆ ਤੋਂ ਇੰਡੀਆ ਵਾਪਸ ਜਾਣਾ ਹੈ ਤੇ ਤੁਹਾਨੂੰ ਇਮੀਗ੍ਰੇਸ਼ਨ ਜਰੂਰ ਰੋਕਣਗੇ ਉਹ ਤਾਂ ਇਮੀਗ੍ਰੇਸ਼ਨ ਤੇ ਤੁਹਾਨੂੰ ਪੁੱਛਣਗੇ ਹਾਂ ਬਈ ਤੁਹਾਡੇ ਕੋਲ ਸਾਊਥ ਕੋਰੀਆ ਦਾ ਵੀਜ਼ਾ ਹੈਗਾ ਤੇ ਜਾਇਰ ਹੈ ਕਿ ਨਹੀਂ ਹੈ ਤੁਹਾਡੇ ਕੋਲ ਵੀਜ਼ਾ ਹੈ ਨਾ ਤੇ ਜਿਸ ਬੰਦੇ ਕੋਲ ਹੈਗਾ ਸਾਊਥ ਕੋਰੀਆ ਦਾ ਵੀਜ਼ਾ ਫਿਰ ਤੇ ਉਹਨੂੰ ਲੋੜ ਹੀ ਨਹੀਂ ਹੈ ਹੈ ਨਾ ਅਨਰਾਈਵਲ ਦੀ ਫਿਰ ਤੇ ਐਂਟਰੀ ਲੈ ਹੀ ਲਏਗਾ ਉਹ ਤੇ ਜਿਸ ਬੰਦੇ ਕੋਲ ਸਾਊਥ ਕੋਰੀਆ ਦਾ ਵੀਜ਼ਾ ਹੈ ਨਹੀਂ ਪਰ ਵਿਦਆਊਟ ਵੀਜ਼ਾ ਉਹ ਆਣਾ ਚਾਹੁੰਦਾ ਇਲੀਗਲ ਮਤਲਬ ਇਲੀਗਲ ਤਰੀਕੇ ਨਾਲ ਨਹੀਂ ਲੀਗਲ ਤਰੀਕੇ ਨਾਲ ਐਂਟਰੀ ਕਰਨਾ ਚਾਹੁੰਦਾ ਸਾਊਥ ਕੋਰੀਆ ਦੇ ਵਿੱਚ 30 ਦਿਨਾਂ ਦੀ ਐਂਟਰੀ ਮਿਲੇਗੀ ਤੇ ਬਾਈ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਬਾਈ ਯੂਐਸਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਐਨਾ ਕੰਟਰੀ ਦਾ ਵੀਜ਼ਾ ਆਉਣਾ ਚਾਹੀਦਾ ਨਾਲ ਸਟੈਂਪ ਹੋਵੇ ਤੇ ਜਾਦਾ ਵਧੀਆ ਵਾਇਆ ਇੱਥੋਂ ਕਰਾਵੇ ਹੁਣ ਕਾਫੀ ਬੰਦੇ ਕਿਵੇਂ ਆਏ ਨੇ ਉਸ ਪੁਆਇੰਟ ਤੇ ਫੇਰ ਆਣ ਲੱਗੇ ਤੁਸੀਂ ਸੋਚੋਗੇ ਯਾਰ ਬੰਦਾ ਫੇਰ ਫੇਰ ਉਸੇ ਡਿਟੇਲ ਤੇ ਆ ਜਾਂਦਾ ਦੱਸ ਕੇ ਫੇਰ ਉਸੇ ਤੇ ਐਕਸਪਲੇਨ ਕਰਨ ਦਾ ਮਤਲਬ ਕੀ ਹੈ ਕਾਫੀ ਬੰਦੇ ਕੀ ਹੁੰਦੇ ਬਾਈ ਨਿਊਜ਼ੀਲੈਂਡ ਗਏ ਨੇ ਉਧਰ ਦੀ ਸਟੈਂਪ ਲਵਾ ਕੇ ਵਾਇਆ ਸਾਊਥ ਕੋਰੀਆ ਸਾਊਥ ਕੋਰੀਆ ਟੂ ਇੰਡੀਆ ਤੇ ਮਤਲਬ ਕਿ ਇੱਥੇ ਜਿਹੜਾ ਸਾਊਥ ਕੋਰੀਆ ਦੀ ਜਿਹੜੀ ਵਾਇਆ ਦਿਖਾ ਰਹੇ ਨੇ ਬੰਦੇ ਦਿਖਾ ਰਹੇ ਨੇ ਭਾਈ 17 ਘੰਟੇ ਦੀ 스테 24 ਘੰਟਿਆਂ ਦੀ 스테 ਯਾਨੀ ਕਿ ਇੰਨੀ 스테 ਦਿਖਾ ਰਹੇ ਨੇ ਇੰਨੀ 스테 ਦਿਖਾ 스테 ਯਾਨੀ ਕਿ ਇੰਨੇ ਰੁਕਣ ਤੋਂ ਬਾਅਦ ਫਿਰ ਆਪਾਂ ਇੰਡੀਆ ਵਾਪਸ ਜਾਣਾ ਤੇ ਜਦ ਤੁਹਾਡੇ ਕੋਲ 20 ਘੰਟਿਆਂ ਜਾਂ 24 ਘੰਟਿਆਂ ਦੀ ਠੀਕ ਹੈ ਇੱਕ ਦਿਨ ਦੀ ਪੂਰੀ ਦੀ 스테 ਹੈਗੀ ਆ ਸਾਊਥ ਕੋਰੀਆ ਵਿੱਚ ਤੇ ਤੁਹਾਨੂੰ ਪਤਾ ਹੈ ਕਿ ਫਿਰ ਤੁਸੀਂ ਇਮੀਗ੍ਰੇਸ਼ਨ ਤੇ ਜਾ ਕੇ ਤੇ ਉਹਨਾਂ ਨੇ ਸਾਈਡ ਦੇ ਉੱਤੇ ਵੀ ਦਿੱਤਾ ਹੋਇਆ ਹੈ ਇਹ ਚੀਜ਼ ਕਿ ਜਿਨ੍ਹਾਂ ਬੰਦਿਆਂ ਕੋਲ ਐਨਾ ਕੰਟਰੀਆਂ ਦੇ ਵੀਜ਼ੇ ਹੈਗੇ ਓਨ ਅਰਾਈਵਲ 30 ਦਿਨਾਂ ਦੀ ਐਂਟਰੀ ਸਾਊਥ ਕੋਰੀਆ ਦੇ ਵਿੱਚ ਵਿਦਆਊਟ ਐਨੀ ਵੀਜ਼ਾ ਲੈ ਸਕਦੇ ਨੇ ਓਨ ਅਰਾਈਵਲ ਪਰ ਤੁਹਾਨੂੰ ਭਾਈ ਇਮੀਗ੍ਰੇਸ਼ਨ ਦਾ ਪੂਰਾ ਧਿਆਨ ਰੱਖਣਾ ਕਿਉਂਕਿ ਉਹ ਪੁੱਛ ਸਕਦੇ ਨੇ ਹਾਂ ਭਈ ਤੁਹਾਡੇ ਕੋਲ ਸਾਊਥ ਕੋਰੀਆ ਦਾ ਵੀਜ਼ਾ ਤਾਂ ਹੈ ਨਹੀਂ ਠੀਕ ਹੈ ਤੇ ਤੁਸੀਂ ਐਂਟਰੀ ਕਿਵੇਂ ਕਰ ਰਹੇ ਹੋ ਤੇ ਤੁਸੀਂ ਉਹਨਾਂ ਨੂੰ ਦੱਸ ਸਕਦੇ ਹੋ ਕਿ ਅਸੀਂ ਵਾਇਆ ਆ ਰਹੇ ਹਨ ਯਾਨੀ ਕਿ ਅਸੀਂ ਨਿਊਜ਼ੀਲੈਂਡ ਜਾਂ ਕਿਸੇ ਵੀ ਕੰਟਰੀ ਯਾਨੀ ਕਿ ਮੈਂ ਪਹਿਲਾਂ ਵੀ ਦੱਸ ਚੁੱਕਿਆ ਹਾਂ ਯੂਐਸਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਜਾਂ ਯੂਰਪ ਐਨਾ ਕੰਟਰੀ ਦਾ ਤੁਸੀਂ ਵਾਪਸ ਹੋ ਕੇ ਵਾਇਆ ਇੱਥੇ ਇੱਕ ਦਿਨ ਦਾ ਰਿਸਟੇਂ ਤੇ ਵਾਪਸ ਤੁਸੀਂ ਇੰਡੀਆ ਜਾਣਾ ਤੇ ਜਦ ਤੁਸੀਂ ਇੱਥੇ ਐਂਟਰੀ ਲੈ ਲੋਗੇ ਤੇ 30 ਦਿਨਾਂ ਦੀ ਐਂਟਰੀ ਤੁਹਾਨੂੰ ਆਰਾਮ ਨਾਲ ਮਿਲ ਜਾਏਗੀ ਤੇ 30 ਦਿਨਾਂ ਦੇ ਵਿੱਚ ਤੁਸੀਂ ਕਿਤੇ ਵੀ ਘੁੰਮ ਸਕਦੇ ਹੋ ਬਹੁਤ ਜਗ੍ਹਾ ਨੇ ਘੁੰਮਣ ਦੀਆਂ ਤੇ ਆਪਣਾ ਇੰਜੋਏ ਟ੍ਰਿਪ ਕਰ ਸਕਦੇ ਹੋ ਤੇ ਕਹਿਣ ਦਾ ਮਤਲਬ ਕਿ ਵਿਦਆਊਟ ਐਨੀ ਵੀਜ਼ਾ ਔਨ ਅਰਾਈਵਲ ਸਾਊਥ ਕੋਰੀਆ ਦਾ ਵੀਜ਼ਾ ਤੁਹਾਨੂੰ ਮਿਲ ਸਕਦਾ ਇਹ ਪਹਿਲਾਂ ਵੀ ਸਾਈਟ ਤੇ ਦਿੱਤਾ ਹੋਇਆ ਸੀ ਪਰ ਆਪਾਂ ਨੂੰ ਪਤਾ ਨਹੀਂ ਸੀ ਉਹਦੇ ਬਾਰੇ ਤੇ ਹੁਣ ਕਾਫੀ ਬੰਦਿਆਂ ਨੇ ਇਹ ਚੀਜ਼ ਅਪਲਾਈ ਅਪਲਾਈ ਕੀਤੀ ਆਪਣੇ ਉੱਤੇ ਤੇ ਕਾਫੀ ਬੰਦੇ ਐਂਟਰੀ ਕਰ ਚੁੱਕੇ ਨੇ ਸਾਊਥ ਕੋਰੀਆ ਤੇ ਸਾਊਥ ਕੋਰੀਆ ਆਣ ਤੋਂ ਬਾਅਦ ਹੁਣ ਉਹ ਜਿਵੇਂ ਵੀ ਘੁੰਮਣਗੇ ਟ੍ਰਿਪ ਆਪਣਾ ਬਣਾਣਗੇ ਹਫਤੇ ਦਾ 10 ਦਿਨ ਦਾ ਬਣਾ ਕੇ ਫਿਰ ਵਾਪਸ ਇੰਡੀਆ ਜਾ ਰਹੇ ਨੇ ਹੈਨਾ ਤੇ ਕੋਈ ਇੱਥੇ ਜਿਵੇਂ ਆਪਣਾ ਆਪਣਾ ਸਿਸਟਮ ਹੈ ਕੋਈ ਕਿਦਾਂ ਸੋਚਦਾ ਹੈ ਕੋਈ ਕਿਦਾਂ ਸੋਚਦਾ ਹੈ ਤੇ ਬਾਈ ਬਹੁਤ ਵਧੀਆ ਤੁਹਾਡੇ ਯਾਨੀ ਕਿ ਦਸੰਬਰ ਖਤਮ ਹੋਣ ਲੱਗਿਆ ਤੇ ਤੁਹਾਡੇ ਲਈ ਖੁਸ਼ਖਬਰੀ ਬਹੁਤ ਵਧੀਆ ਰਹੀ ਹੈ ਮੈਨੂੰ ਲੱਗਦਾ ਹੈ ਤੇ ਬਾਈ ਟ੍ਰਿਪ ਤੁਸੀਂ ਕਰ ਸਕਦੇ ਹੋ ਜੇ ਤੁਹਾਡੇ ਕੋਲ ਨਿਊਜ਼ੀਲੈਂਡ ਦਾ ਵੀਜ਼ਾ ਹੈ ਉੱਥੋਂ ਜਾ ਕੇ ਫਿਰ ਵਾਇਆ ਤੁਸੀਂ ਸਾਊਥ ਕੋਰੀਆ ਸਾਊਥ ਕੋਰੀਆ ਤੋਂ इंडिया ਐਦਾਂ ਤੁਸੀਂ ਟ੍ਰਿਪ ਬਣਾ ਸਕਦੇ ਹੋ ਤੇ ਸਾਊਥ ਕੋਰੀਆ ਤੁਹਾਡੀ ਐਂਟਰੀ ਹੋ ਜਾਏਗੀ ਤੇ ਭਾਈ ਤੁਹਾਡਾ ਬਹੁਤ ਵਧੀਆ ਟ੍ਰਿਪ ਹੋ ਸਕਦਾ ਹੈ ਤੇ ਭਾਈ ਤੁਹਾਨੂੰ ਹੁਣ ਪਤਾ ਹੈ ਕਿ ਕੀ ਕਰਨਾ ਹੈ ਸਬਸਕ੍ਰਾਈਬ ਲਾਈਕ ਜ਼ਰੂਰ ਕਰਨਾ ਹੈ ਤਾਂ ਕਿ ਹੋਰ ਲੋਕਾਂ ਕੋਲ ਵੀ ਇਹ ਵੀਡੀਓ ਪਹੁੰਚ ਜਾਵੇ ਤੇ ਭਾਈ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਲਈ ਸასი ਕਾਲ ਰਬ ਰੱਖਾ ਧੰਵਾਜੀ